ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਮਿਆਂਮਾਰ ਦੀ ਫੌਜ ਨਾਲ ਰਿਸ਼ਤੇ ਰੱਖਣ ਦਾ ਖਾਮਿਆਜ਼ਾ ਗੌਤਮ ਅਡਵਾਨੀ ਗੌਤਮ ਅਡਾਨੀ ਦੀ ਕੰਪਨੀ ਨੂੰ ਅਮਰੀਕਾ ਵਿੱਚ ਭੁਗਤਣਾ ਪੈ ਰਿਹਾ ਹੈ। ਇਹਦੇ ਨਾਲ ਚੱਲਦੇ ਅਡਾਨੀ ਦੀ ਕੰਪਨੀ ਨਿਊਯਾਰਕ ਸਟਾਕ ਐਕਸਚੇਂਜ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਗੌਤਮ ਅਡਾਨੀ ਦੀ ਮਲਕੀ ਵਾਲੀ ਅਡਾਨੀ ਪੋਰਟਰਸ ਅਤੇ ਸਪੈਸ਼ਲ ਇਕਨੋਮਿਕ ਜ਼ੋਨ ਨੂੰ S&P ਡਾਓ ਜੋਨਸਨ ਨੇ ਆਪਣੀ ਸਥਿਰਤਾ ਵਾਲੀ ਲਿਸਟ ਚੋਂ ਹਟਾ ਦਿੱਤਾ। ਨਿਊਯਾਰਕ ਸਟਾਕ ਐਕਸਚੇਂਜ ਨੇ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ। ਗੌਤਮ ਅਡਾਨੀ ਦੀ ਫਰਮ ਤੇ ਮਿਆਂਮਾਰ ਵਿੱਚ ਤਖਤਾ ਪਲਟਣ ਨੂੰ ਅੰਜਾਮ ਦੇਣ ਵਾਲੀ ਫੌਜ ਨਾਲ ਵਪਾਰਕ ਸੰਬੰਧ ਰੱਖਣ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ ਹੈ। ਮਿਆਂਮਾਰ ਦੀ ਫੌਜ ਨੇ 1 ਫਰਵਰੀ ਨੂੰ ਤਖਤਾ ਪਲਟ ਕਰਦੇ ਹੋਏ ਆਂਗ ਸ਼ਾਨ ਸੂ ਕੀ ਚੁਣੀ ਹੋਈ ਸਰਕਾਰ ਨੂੰ ਹਟਾ ਕੇ ਸੱਤਾ ਤੇ ਕਬਜ਼ਾ ਕਰ ਲਿੱਤਾ। ਨਿਊਯਾਰਕ ਸਟਾਕ ਐਕਸਚੇਂਜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਡਾਨੀ ਪੋਰਟਰਸ ਐਂਡ ਸਪੈਸ਼ਲ ਇਕਨੋਮਿਕ ਜ਼ੋਨ ਨੂੰ 15 ਅਪ੍ਰੈਲ ਤੋਂ ਲਿਸਟ ਤੋਂ ਬਾਹਰ ਹਟਾ ਦਿੱਤਾ ਜਾਵੇਗਾ। ਅਡਾਨੀ ਪੋਰਟਸ ਨੇੜੇ ਇਸ ਵੇਲੇ ਦੁਨੀਆ ਦੇ ਕਈ ਮੁਲਕਾਂ ਵਿੱਚ ਪੋਰਟਸ ਨਿਰਮਾਣ ਦਾ ਕੰਟਰੈਕਟ ਹੈ। ਇਸ ਵਿੱਚ ਮਿਆਂਮਾਰ ਦੇ ਯੰਗੂਨ ਵਿੱਚ ਵੀ $29 ਕਰੋੜ ਦੀ ਲਾਗਤ ਨਾਲ ਇੱਕ ਨਵੇਂ ਕੰਟੇਨਰ ਟਰਮੀਨਲ ਦਾ ਨਿਰਮਾਣ ਵੀ ਹੈ, ਜਿਸ ਲਈ ਮਿਆਂਮਾਰ ਦੀ ਫੌਜ ਵੱਲੋਂ ਚਲਾਈ ਜਾ ਰਹੀ ਮਿਆਂਮਾਰ ਇਕਨਾਮਿਕ ਕਾਰਪੋਰੇਸ਼ਨ ਦੀ ਜ਼ਮੀਨ ਲੀਜ਼ ਤੇ ਲਿੱਤੀ ਹੈ। ਮਿਆਂਮਾਰ ਵਿੱਚ ਫੌਜ ਦੇ ਤਖਤਾ ਪਲਟਣ ਦਾ ਅਮਰੀਕਾ ਸਣੇ ਪੱਛਮੀ ਮੁਲਕ ਨੇ ਵਿਰੋਧ ਕੀਤਾ। ਲੋਕਤੰਤਰ ਨਾ ਬਹਾਲ ਕਰਨ ਤੇ ਮਿਆਂਮਾਰ ਦੀ ਫੌਜ ਤੇ ਸਖਤ ਪਾਬੰਦੀਆਂ ਲਾਉਣ ਦੀ ਗੱਲ ਆਖੀ ਗਈ ਹੈ। ਮਿਆਂਮਾਰ ਵਿੱਚ ਤਖਤਾ ਪਲਟ ਖਿਲਾਫ ਜਨਤਾ ਸੜਕਾਂ ਤੇ ਆ ਚੁੱਕੀ ਹੈ। ਵਿਖਾਵਾ ਦੌਰਾਨ ਹੁਣ ਤੱਕ 700 ਤੋਂ ਵੱਧ ਲੋਕ ਸੁਰੱਖਿਆ ਫੋਰਸ ਦੀ ਹਿੰਸਾ ਵਿੱਚ ਮਾਰੇ ਜਾ ਚੁੱਕੇ ਨੇ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰਾਂ ਦੇਖਣੀਆਂ ਸੁਣੀਆਂ ਪੜ੍ਹਨੀਆਂ ਤਾਂ ਬਣਿਆ ਰਹੋ ਆਰਨਿਊਜ਼ਵਾਲਾ.com ਦੇ ਨਾਲ।